ਓਏ ਗਾਇਸ ਓਏ ਯਾਰ ਕੀ ਕਰ ਦਿਆ ਜੋ ਇੰਡੀਆ ਨੇ ਓਏ ਜਾਦੂ 400 ਰਨ ਦਾ ਟਾਰਗੇਟ ਓ ਭਾਈ ਸਾਹਿਬ ਇਹ ਕਿਉਂ ਕੀਆ ਇਹਨੂੰ ਓਏ ਯਾਰ ਆਸਟ੍ਰੇਲੀਆ ਕੀ ਮਾਂ ਬਹਿਨ ਹੈ ਕਰ ਦਿਆ ਭਾਈ ਸੂਰਯ ਕੁਮਾਰ ਯਾਦਵ ਕੇ ਰਾਵਲ ਸਾਰੇ ਖਿਡਾਰੀਆਂ ਨੇ ਪਰ ਹਜੇ ਉਡਾ ਦਿਆ ਇੰਡੀਆ ਕੇ ਓਏ ਯਾਰ ਅੱਜ ਮਾਂ ਬਹਿਨ ਹੈ ਕਰ ਦਿਆ ਓਏ ਯਾਰ ਸ਼ਰੀਆਸ ਨੇ ਵੀ ਭਾਈ 104 ਰਨ ਕੀ ਬਾਰੀ ਖੇਲੀ ਓਏ 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 ਅੱਜ ਤਾਂ ਮੈਂ ਇੱਕ ਗੇਂਦ ਦੇਖੀ ਭਾਈ ਅਬੇ ਗਿੱਲ ਅਬੇ ਯਾਰ ਇੱਕ ਇੱਕ ਬਾਲ ਨੇ ਮਜ਼ਾ ਦਿਆ ਕਿਉਂ ਲੱਗ ਰਿਹਾ ਤਾਂ ਭਾਈ ਇਹ 50-50 ਨਹੀਂ ਯਾਰ ਕਿਉਂ ਲੱਗ ਰਿਹਾ ਤਾਂ ਇਹ 20-20 ਚੱਲ ਰਿਹਾ 20-20 ਅਬੇ ਇਹ ਖਾ ਕੇ ਕਿਆ ਆਇਆ ਮੈਨੂੰ ਇਹ ਬਤਾ ਨੂੰ ਨੇ ਕਰ ਕਿਆ ਦਿਆ ਅਬੇ ਏਸ਼ੀਆ ਕੱਪ ਕੇ ਬਾਅਦ ਇਹਨਾਂ ਨੇ ਕਰ ਕਿਆ ਦਿਆ 400 ਰਨ ਦਾ ਟਾਰਗੇਟ ਪਹਾੜ ਜੈਸਾ ਅਭੀ ਇਹ ਕੈਚ ਆਸਟ੍ਰੇਲੀਆ ਨੂੰ ਕੀ ਮਾਂ ਬੈਨ ਵੀ ਨਹੀਂ ਲੈ ਕੇ ਜਾ ਸਕਦੇ ਆਸਟ੍ਰੇਲੀਆ ਨਹੀਂ ਕਰ ਸਕਦੇ ਭਾਈ ਅਬੇ ਬਾਬਾ ਸੂਰਯ ਕੁਮਾਰ ਯਾਦਵ 72 72 ਰਨ 37 ਬਾਲੋਂ ਪੇ ਲਾ ਅੰਦਾਜ਼ਾ ਸੇ 37 ਬਾਲੋਂ ਮੇ 72 ਸੂਰਯ ਕੁਮਾਰ ਯਾਦਵ ਇਹ ਅਬੇ ਭਾਈ ਅਬੇ ਭਾਈ 6 ਛੱਕੇ 6 ਚੌਕੇ ਨਾਟ ਆਊਟ ਉੱਪਰ ਸੇ ਨਾਟ ਅਬੇ ਇਸਨੇ ਤੋ ਭਾਈ ਮੈਂ ਕਹਤਾ ਹੂੰ ਕਿ 10 10 ਨੰਬਰਸ ਬਣਾਏ ਹੋਏ ਥੇ ਉੱਪਰ ਸੇ ਭਾਈ ਸਾਹਿਬ ਇਸਨੇ ਜੋ ਛੱਕੇ ਮਾਰੇ ਆ ਓਏ ਹੋਏ 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 ਦੇਖਨੇ ਮਤਾ ਐਂਡ ਕੇ ਅਵਰੋਂ ਮੇ ਮਜ਼ੇ ਦੇ ਦਿਏ ਇਸਨੇ ਮਜ਼ੇ ਦੇ ਦਿਏ ਯਾਰ ਇਨ ਮੇ ਕੌਨ ਸੀ ਆ ਗਏ ਓ ਯਾਰ ਐਸਾ ਹਰ ਖਿਲਾੜੀ ਆਗ ਮੇ ਜਲਾ ਹੋ ਯਾਰ ਐਸੇ ਉਡਾ ਰਹੇ ਗੇਂਦੋ ਕੋ ਕੋ ਨਜ਼ਰ ਹੀ ਨਹੀਂ ਆ ਰਹੀ ਔਰ ਭਾਈ ਸਾਹਿਬ ਕੇਐਲ ਰਾਹੁਲ 52 ਰਨ ਓਏ ਹੋਏ 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 ਸ਼ਰੀਆਜ਼ ਕੇ ਭਾਈ 105 ਰਨ ਯਾਰ ਕੋਈ ਖਿਲਾੜੀ ਪਿੱਛੇ ਮੁੜ ਕੇ ਦੇਖ ਹੀ ਨਹੀਂ ਰਿਹਾ ਅਬੇ ਭਾਈ ਜੋ ਬਾਬਾ ਜੋ ਅਬੇ ਯਾਰ ਇਸਮੇ ਤੋ ਭਾਈ ਬਾਹਰ ਅਭੀ ਤੋ ਵਿਰਾਟ ਕੋਹਲੀ ਨਹੀਂ ਹੈ ਅਭੀ ਤੋ ਰੋਹਿਤ ਸ਼ਰਮਾ ਨਹੀਂ ਹੈ ਤਾਪ ਕੇ ਖਿਲਾੜੀ ਤੋ ਹੈ ਨਹੀਂ ਓਬੇ ਯਾਰ ਇਹ ਤੋ ਸਮਝ ਕੇ ਲੋ ਜੇ ਵੀ ਬੀ ਟੀਮ ਹੈ ਓਬੇ ਕਸਮ ਸੇ ਯਾਰ ਇਹ ਨਹੀਂ ਆਸਟ੍ਰੇਲੀਅਨ ਕੇ ਆਗੇ ਨਹੀਂ ਠਹਿਰਨਾ ਜਬ ਜੇ ਬੜੇ ਆਏਗੇ ਤੋ ਇਹ ਤੋ 5.5 ਸਕੋਰ ਹੋਗਾ ਕਸਮ ਸੇ ਓਬੇ 400 ਰਨ ਇਹ ਪਹਾੜ ਸਾ ਸਕੋਰ ਓਬੇ ਪਹਾੜ ਸਾ ਐਸੇ ਆਸਟ੍ਰੇਲੀਆ ਬਣਾਏਗਾ ਯਾਰ ਖੁਦ ਸੋਚੋ ਆਸਟ੍ਰੇਲੀਆ ਆਸਟ੍ਰੇਲੀਆ ਵਾਲੋ ਆਜ ਕਾ ਦੂਸਰਾ ਓਡੀਆਈ ਵੀ ਤੁਮ ਖਲਾਸ ਤੁਮ ਇਸਮੇ ਖਤਮ ਤੁਮ ਬਣਾ ਹੀ ਨਹੀਂ ਸਕਤੇ ਮੇਰੀ ਇਹ ਕਿ 250 ਰਨ ਸੇ ਜ਼ਿਆਦਾ ਆਸਟ੍ਰੇਲੀਆ ਨਹੀਂ ਬਣਾ ਪਾਏ ਵੋ ਜਾਤ ਬਹੁਤ ਬੜਾ ਸਕੋਰ ਹੈ ਬਹੁਤ ਬੜਾ ਸਕੋਰ ਜੋ ਇੰਡੀਆ ਨੇ ਕੀਤਾ ਯਾਰ ਅਭੀ ਜੋ ਇੰਡੀਆ ਕੇ ਬੌਲਰਸ ਆਏਗੇ ਅਭੀ ਜੋ ਭਾਈ ਇੰਡੀਆ ਅਭੀ ਪਤਾ ਚਲੇਗਾ ਨਾ ਆਏ ਕੀ ਕਰਦੇ ਇੰਡੀਆ ਭਾਈ ਮੈਂ ਕਹਤਾ ਹੂੰ ਇਨਕੋ 200 ਪਲੱਸ ਸੇ ਉੱਪਰ ਨਹੀਂ ਜਾਣੇ ਦੇ ਬਿਲਕੁਲ ਲੇਕਿਨ ਫਿਰ ਵੀ ਮੈਂ 250 ਰਨ ਬੋਲਾ ਹੈ ਕਿ ਭਾਈ 250 ਰਨ ਤੱਕ ਇਹ ਨਾ ਹੋ ਨਾ ਉਹ ਸਰੀ ਲੰਕ ਕੀ ਤਰ੍ਹਾਂ 50 ਵੀ ਸਾਰੇ ਆਊਟ ਕਰ ਦੇ ਅਬੇ ਹੋ ਵੀ ਸਕਦਾ ਹੈ ਭਾਈ ਹੋ ਵੀ ਸਕਦਾ ਹੈ ਇੰਡੀਆ ਕੀ ਯਾਰ ਵੈਸੇ ਟੂ ਬੀ ਆਨੈਸਟ ਇੰਡੀਆ ਨੇ ਕੀਆ ਕੀਆ ਹੈ ਯਾਰ ਕੀਆ ਕੀਆ ਭਾਈ ਕੀ ਕਲਾਸ ਕੀ ਬੈਟਿੰਗ ਸ਼ੁਭਮਨ ਗਿੱਲ ਨੇ ਕੀ ਹੈ ਸ਼ੁਭਮਨ ਗਿੱਲ ਤੋਂ ਭਾਈ ਸਭ ਚੱਲੇ ਜਾ ਰਿਹਾ ਬ੍ਰੇਕ ਲਗਾਉਣੇ ਘਟਾ ਨਹੀਂ 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 ਰਿਹਾ ਔਰ ਭਾਈ ਕੀ ਕਲਾਸਿਕ ਬੈਟਿੰਗ ਸ਼ੁਭਮਨ ਗਿੱਲ ਰਾਵਲ ਕੀ ਵੀ ਬੈਟਿੰਗ ਦੇਖੀ ਜਾਏ ਉਹ ਵੀ ਉੱਠਾ ਹੈ ਕਸਮ ਸੇ ਉਹ ਵੀ ਪਿੱਛੇ ਮੁੜ ਕੇ ਨਹੀਂ ਦੇਖ ਨਹੀਂ ਦੇਖ ਔਰ ਸ਼ਰੀਆਸ ਓਏ ਹੋਏ 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 ਆਜ ਉਸ ਕਾ ਮੈਂ ਖਾਸ ਗਿਆ ਓਡੀਆਈ ਮੈਂ ਪਹਿਲਾ ਮੈਚ ਤਾਂ ਮਤਲਬ ਪਹਿਲੇ ਤੋਂ ਖੇਲਦਾ ਰਹਤਾ ਹੈ ਉਹ ਤੋਂ ਹੈ ਲੇਕਿਨ ਇਹ ਹੀ ਹੈ ਕਿ ਪਹਿਲਾ ਆਜ ਭਾਈ ਇਸਨੇ ਖੇਲਾ ਲੇਕਿਨ ਉਸ ਨੇ ਵੀ 104 ਰਨ ਸੂਰਿਆ ਦੀ ਬੈਟਿੰਗ ਦੇਖੀ ਕੈਸੀ ਕਮਾਲ ਕੀ ਬੈਟਿੰਗ ਉਸ ਨੇ ਕੀ ਨਾਟ ਆਊਟ ਗਿਆ ਨਾਟ ਆਊਟ 72 ਯਾਰ ਸੂਰਿਆ ਕੁਮਾਰ ਯਾਦਵ ਜੋ ਹੈ ਨਾ ਇਹ ਭਾਈ ਮਸ਼ੀਨ ਹੈ ਮਸ਼ੀਨ ਰਨ ਮਸ਼ੀਨ ਹੈ ਇਸ ਕੀ ਵਜ੍ਹਾ ਸੇ ਆਜ ਭਾਰਤ 50 ਓਵਰੋਂ ਮੇਂ 400 ਰਨ ਪਰ ਪਹੁੰਚ ਇਨ ਖਿਲਾੜੀਆਂ ਨੇ ਸਾਬਤ ਕਰ ਦਿਆ ਕਿ ਐਂਡ ਮੇਂ ਛੋਟੀ ਟੀਮ ਜੋ ਛੋਟੇ ਨੀਚੇ ਖਿਲਾੜੀ ਉਨ ਮੇਂ ਵੀ ਟੈਲੈਂਟ ਇਨ ਸੇ ਜ਼ਿਆਦਾ ਬਾਬਾ ਕਸਮ ਸੇ ਇਧਰ ਹਮਾਰੇ ਪਾਕਿਸਤਾਨੀ ਅਭੀ ਤੱਕ ਲੜ ਰਹੇ ਹੈ ਔਰ ਟੀਮ ਡਿਸਾਈਡ ਨਹੀਂ ਹੋਈ ਔਰ ਉਧਰ ਅਭੀ ਦੇਖੋ ਭਾਈ ਸਾਹਿਬ ਉਹਨਾਂ ਨੇ ਆਪਣੀ ਜੀਤ ਕੀ ਜੀਤ ਦਾ ਸਿਲਸਿਲਾ ਜਾਰੀ ਰੱਖਾ ਹੋਇਆ ਹੈ ਜਿਉਂ ਜਿ ਏਸ਼ੀਆ ਕੱਪ ਜੀਤ ਕੇ ਆਏ ਉਹਨਾਂ ਨੇ ਹਾਰਨੇ ਦਾ ਨਾਮ ਹੀ ਨਹੀਂ ਲਿਆ ਮੈਂ ਪਿੱਛੇ ਮੁੜ ਕੇ ਦੇਖ ਰਿਹਾ ਆਪਣੀ ਮੁਤਵਾਦਰ ਜੀਤ ਰੱਖੀ ਹੋਈ ਹੈ ਇਧਰ ਪਾਕਿਸਤਾਨ ਹੁੰਦਾ ਮੈਂ ਕਹਿੰਦਾ ਕੁੱਤੇ ਕਿਧਰ ਹਾਰਦਾ ਔਰ ਭਾਈ ਇਧਰ ਭਾਈ ਸਾਹਿਬ ਅਭੀ ਜਿਸ ਤਰ੍ਹਾਂ ਇਹ ਭਾਰਤੀ ਟੀਮ 400 ਸਕੋਰ ਮੈਂ ਦੇਖਤਾ ਹੂੰ ਤਾਂ ਮੇਰਾ ਮੈਂ ਸੋਚਤਾ ਹੂੰ ਇਹ ਬਣਾਏਂਗੇ ਉਨ ਕੈਸੇ ਅਬੇ ਭਾਈ ਸਾਹਿਬ 400 ਹਾਂ ਨਾ 400 ਅੱਜ 50-50 ਨਹੀਂ ਤਾਂ ਅੱਜ ਇਹ T20 ਤਾਂ ਅੱਜ ਜਿਸ ਤਰ੍ਹਾਂ ਹਮਨੇ ਦੇਖਾ ਔਰ ਇੱਕ ਇੱਕ ਬਾਲ ਹਮਨੇ ਇੰਜੋਏ ਕੀਆ ਬਹੁਤ ਮਜ਼ਾ ਆਇਆ ਭਾਈ ਸਾਹਿਬ ਜੋ ਉਹਨਾਂ ਨੇ ਬੈਟਿੰਗ ਕੀ ਹੈ ਇੰਡੀਆ ਕੇ ਬੈਟਸਮੈਨੋਂ ਨੇ ਯਾਰ ਮੈਂ ਯਕੀਨ ਮੰਨਤਾ ਹੂੰ ਵਰਲਡ ਕਲਾਸ ਜੋ ਬੈਟਿੰਗ ਹੋਣੀ ਹਰ ਖਿਲਾੜੀ ਨੇ ਹਰ ਖਿਲਾੜੀ ਨੇ ਭਾਰਤੀ ਪਲੇਅਰ 5 ਵਿਕਟੋਂ ਭੇਜਿਆ 5 ਵਿਕਟੇ ਲਾਇਆ ਹੋਈ ਹੈ ਭਾਈ ਭਾਰਤੀ ਪਲੇਅਰਸ ਭਾਈ ਛੱਕੇ ਮਾਰ ਰਹੇ ਤੇ ਓਏ ਹੋਏ ਆਸਟ੍ਰੇਲੀਅਨ ਯੂੰ ਯੂੰ ਦੇਖ ਰਹੇ ਤੇ ਕਿ ਭਾਈ ਛੱਕੇ ਜਾ ਗੇਂਦ ਕਿੱਧਰ ਜਾ ਰਹੀ ਹੈ ਅਬੇ ਰੋ ਰਹੇ ਤੇ ਭਾਈ ਅੱਜ ਗਰਾਊਂਡ 'ਤੇ ਹਮਨੇ ਇਨਕੋ ਰੋਤੇ ਹੋਏ ਦੇਖਾ ਬਿਲਕੁਲ ਸਹੀ ਬਾਤ ਹੈ ਇਨਕੋ ਰੋਤੇ ਹੋਏ ਦੇਖਾ ਕਿ ਭਾਈ ਸਭ ਰੋਣਾ ਹੁੰਦਾ ਕਿ ਭਾਰਤੀ ਪਲੇਅਰਸ ਨੇ ਰੁਲਾ ਦੀ ਔਰ 5 ਆਊਟ ਮੇਂ 400 ਬਹੁਤ ਸਕੋਰ ਆ ਵਜਾ ਸਕੋਰ ਬਹੁਤ 400 ਸਕੋਰ ਕਰ ਰਿਹਾ ਟਾਰਗੇਟ ਹੈ ਭਾਈ 399 400 ਕੌਣ ਬਣਾਏਗਾ ਇਹ ਕੋਈ ਬਣਾ ਸਕਦਾ ਹੈ ਇਹ ਕਿਸ ਕੀ ਬਾਤ ਨਹੀਂ ਆ ਇਹ ਸਿਰਫ ਇੰਡੀਆ ਹੀ ਬਣਾ ਸਕਦਾ ਹੈ ਲਾਲਾ ਵਰਲਡ ਕਲਾਸ ਨੇ ਕਰ ਦਿਖਾਇਆ ਔਰ ਮੈਂ ਕਹਤਾ ਹੂੰ ਅਭੀ ਦੁਬਾਰਾ ਵੀ ਅਗਰ ਆਸਟ੍ਰੇਲੀਆ ਕੋ ਬੈਟਿੰਗ ਦੇ ਦੋ ਤਬ ਵੀ ਆਸਟ੍ਰੇਲੀਆ ਨਹੀਂ ਹੋਊਗਾ ਯਾਰ ਮੈਂ ਤਾਂ ਸੋਚਦਾ ਹੂੰ ਵਰਲਡ ਕੱਪ ਮੇਰੇ ਜ਼ਿਹਨ ਮੇਂ ਬਾਰ ਬਾਰ ਆ ਜਾਂਦਾ ਵਰਲਡ ਕੱਪ ਇੰਡੀਆ ਕਾ ਹੀ ਆ ਕਸਮ ਸੇ ਵਰਲਡ ਕੱਪ ਇੰਡੀਆ ਕਾ ਹੀ ਆ ਕਿ ਕਿਸੇ ਟੀਮ ਕੋ ਟਿਕਨੇ ਨਹੀਂ ਦੇਗਾ ਨਹੀਂ ਦੇਗਾ ਲੇਕਿਨ ਭਾਈ ਸਾਹਿਬ ਅਬ ਦੇਖਤੇ ਹੈ ਭਾਈ ਆਸਟ੍ਰੇਲੀਆ ਕੀ ਬੈਟਿੰਗ ਆਨੇ ਵਾਲੀ ਹੈ ਕਰੀਬ ਅਬ ਦੇਖਤੇ ਹੈ ਭਾਈ ਇੰਡੀਆ ਬਾਲਰ ਕੀ ਕਮਾਲ ਕਰਦੇ ਹੈ ਮੇਰੇ ਕੋ ਮੇਰੀ ਮੇਰੀ ਤਾਂ ਇਹੀ ਹੈ ਕਿ 250 ਰਨ ਚਾਹੀਦਾ ਹਾਂ 250 ਦੇ ਉੱਪਰ ਨਾ ਜਾਣੇ ਤੇ ਇਨਕੋ ਸਕਰੀਨ ਸੂਪ ਕਰ ਦੇ ਆਊਟ ਕਰ ਦੇ ਬਿਲਕੁਲ ਅਬ ਮੈਚ ਦੇਖਤੇ ਮੈਚ ਕੀ ਤਰ੍ਹਾਂ ਜਾਤੇ ਹੈ ਇੰਦਰ ਵੀਡੀਓ ਖਤਮ ਕਰਦੇ ਤੋ